ਬੀਜੀ ਬਸ ਤੁਹਾਡਾ ਹੀ ਆਸਰਾ ਹੈ। ਇਹਦੀ ਪ੍ਰੋਫਾਈਲ ਬਣਾਈ ਸੀ ਆਪਾਂ jeevankundi.com ਤੇ। 3 ਸਾਲ ਹੋ ਗਏ ਇਸ ਬੇਵਕੂ ਦੀ ਪ੍ਰੋਫਾਈਲ ਬਣਾਏ। ਕੋਈ ਸੈਟਿੰਗ ਨਹੀਂ ਬੈਠੀ। ਇਹਦੀ ਪ੍ਰੋਫਾਈਲ ਬਣਾਈ ਸੀਗੀ। ਇਹਦੀ ਬਣਾਵਾਂਗੇ ਹੁਣ ਮੁੰਡਾ ਹੀ ਕੀ ਆਪਣਾ। ਕੋਈ ਨਹੀਂ। ਇਨਸਾਨ ਦੇਖੋ ਜੀ ਗਲਤੀਆਂ ਦਾ ਪੁਤਲਾ ਹੁੰਦਾ ਹੈ। ਬਾਕੀ ਹੁਣ ਤੁਸੀਂ ਮੇਰੇ ਕੋਲ ਆਏ ਹੋ। ਮੈਂ ਤੇ ਇੱਕ ਅੱਖ ਨਾਲ ਵੇਖ ਕੇ ਦੱਸ ਦਿੰਦੀ ਆਂ ਕਿ ਕਿਹੜਾ ਮੁੰਡਾ ਕਿਹੜੀ ਕੁੜੀ ਦੇ ਨਾਲ ਸੱਟਵਟ ਬੈਠੇਗਾ। ਅੱਛਾ ਤੁਸੀਂ ਤਾਂ ਹੀ ਐਨਕਾ ਲਈਆਂ। ਨਹੀਂ ਪੁੱਤੋ ਤੇ ਕੱਲ ਮੇਰੇ ਮੋਤੀਆਂ ਦਾ ਆਪਰੇਸ਼ਨ ਹੋਇਆ ਸੀ। ਨਾਲੇ ਐਨਕਾ ਮੈਨੂੰ ਜੱਚਦੀਆਂ ਵੀ ਬਾੜਾ ਮੈਂ ਦੇਖਿਆ। ਕਹਿ ਸਕਦੇ ਹੋ ਤੇ ਵੀਜੀ ਫਿਰ ਦੱਸੋ ਫਿਰ ਕਿੱਦਾਂ ਕਰੀਏ ਦਾ। ਦੇਖੋ ਹੁਣ ਤੁਹਾਡੇ ਮੁੰਡੇ ਦਾ ਵਿਆਹ ਸਾਡੀ ਜ਼ਿੰਮੇਵਾਰੀ ਹੈ। ਵਰਲਡ ਫੇਮਸ ਵਿਚੋਲਨ ਹੈਗੀ ਜੀ ਮੈਂ। ਇੱਕ ਤੋਂ ਇੱਕ ਸਟੀਕ ਰਿਸ਼ਤੇ ਦੱਸਦੀ ਹਾਂ ਜੀ ਮੈਂ। ਸਟੀਕ ਕਿਉਂਕਿ ਰਿਸ਼ਤੇ ਵਹੀ ਜੋ ਮਿਸਿਸ ਭੱਲਾ ਕਰਵਾਏ। ਭੱਲਾ ਜੀ ਫਿਰ ਮੈਡਮ ਆਪਣਾ ਕਰਾਓ ਫਿਰ ਸਾਡੇ ਮੁੰਡੇ ਦਾ ਵੀ। ਵੈਸੇ ਤੁਹਾਡੀ ਰਿਕੁਆਇਰਮੈਂਟਸ ਕੀ ਨੇ? ਦੇਖੋ ਕੋਈ ਖਾਸ ਡਿਮਾਂਡ ਸਾਡੀ ਹੈਗੀ ਨਹੀਂ। ਸ਼ੁਰੂ ਤੋਂ ਡਾਊਨ ਟੂ ਅਰਥ ਰਹੇ ਨੇ। ਸਾਨੂੰ ਇੱਦਾਂ ਦੀ ਕੁੜੀ ਚਾਹੀਦੀ ਹੈ ਜਿਹੜੀ ਘਰ ਦਾ ਸਾਰਾ ਕੰਮ ਜਾਣਦੀ ਹੋਏ, ਸਰਕਾਰੀ ਨੌਕਰੀ ਲੱਗੀ ਹੋਈ, 1-1.5 ਲੱਖ ਦਾ ਪੈਕੇਜ ਹੋਏ ਉਹਦਾ ਮੋਟਾ, ਅਤੇ ਸ਼ਾਮੀ ਪਕੌੜੇ ਪਕੌੜੇ ਬਣਾਉਣਾ ਵੀ ਜਾਣਦੀ ਹੋਏ। ਮਤਲਬ ਤੁਸੀਂ ਮੋਟਾ ਮੋਟਾ ਹਿਸਾਬ ਲਗਾਓਗੇ ਤਾਂ ਸਾਨੂੰ ਕੁੜੀ ਬਸ ਨੀਰੂ ਬਾਜਵਾ ਵਰਗੀ ਲਿਆ ਦਿਓ। ਲੋ ਡਿਮਾਂਡਸ। ਹੋਰ ਕੁਛ? ਜ਼ਿਆਦਾ ਬੋਲਤਾ ਨਹੀਂ ਗਿਆ ਤੇਰੇ ਡੈਡੀ? ਕਾਫੀ। ਫਿਰ ਬਾਜਵਾ ਤੁਸੀਂ ਭਾਵੇਂ ਸੋਨਮ ਕਰ ਲਿਓ ਪਰ ਕੁੜੀ ਸਾਨੂੰ ਪੈਟਰੋਲ ਚਾਹੀਦੀ ਹੈ ਇੱਕਦਮ ਖੂਬ ਮਾਰਦੀ ਹੋਏ। ਦੇਖ ਲਓ ਭਰਾ ਜੀ ਇੱਕਦਮ ਸਿੱਟੀ ਇੱਕ ਮੁੰਡਾ ਲੱਭ ਕੇ ਲਿਆਈ ਹਾਂ ਮੈਂ। ਇੱਦਾਂ ਦਾ ਮੁੰਡਾ ਕਿ ਤੁਸੀਂ ਮੈਨੂੰ ਕੀ ਮੇਰੀ ਆਉਣ ਵਾਲੀਆਂ 3 ਪੁਸ਼ਤਾਂ ਨੂੰ ਵੀ ਦੁਆਵਾਂ ਦਿਓਗੇ? ਹਾਂਜੀ ਭੈਣ ਜੀ। ਲੋ ਜੀ ਫਿਰ ਕੁਝ ਦੱਸੋ ਆਪਣੇ ਆਪਣੇ ਬੱਚਿਆਂ ਬਾਰੇ। ਲੈਟਸ ਬਿਗਨ। ਸਾਡੀ ਕੁੜੀ ਨੇ ਬੀਏ ਕੀਤੀ ਹੈ। ਲੈ ਸਾਡੇ ਮੁੰਡੇ ਨੇ ਬੀਏ, ਬੀਬੀ ਔਰ ਕਈ ਵਾਰ ਤਾਂ ਬੀਸੀ ਵੀ ਕੀਤਾ ਹੋਇਆ ਹੈ। ਜਿਹੜਾ ਦੂਰ ਸਮੋਸਾ ਪਿਆ ਨਾ ਪਹਿਲਾਂ ਉਹ ਪਾਸ ਕਰ। ਸਾਡੀ ਵਿਚੋਲੀ ਨੇ ਵੀ ਟਾਈਮ ਖਰਾਬ ਕਰਤਾ ਹੈ। ਅੱਛਾ ਆਪਣੇ ਪੈਕੇਜ ਬਾਰੇ ਦੱਸਣਾ ਬੇਟਾ। ਪਰਦਾਈ ਜੀ ਤੁਸੀਂ ਪੈਕੇਜ ਬਾਰੇ ਬਿਲਕੁਲ ਫਿਕਰ ਨਾ ਕਰੋ। 4 nights 5 days ਦਾ ਪੈਕੇਜ ਮੈਂ ਕਰਵਾ ਕੇ ਦੇਵਾਂਗਾ ਤੁਹਾਨੂੰ ਕਠਮੰਡੂ ਦਾ। ਬੱਚਿਆਂ ਨੂੰ ਵਿਆਹ ਵਾਲੀ ਨਾਈਟ ਅਸੀਂ ਭੇਜ ਦੇਣਾ, ਇੱਕਦਮ ਸੰਤੁਸ਼ਟ ਹੋ ਕੇ ਵਾਪਸ ਆਓਗੇ। ਮੇਰੀ ਜ਼ਿੰਮੇਵਾਰੀ। ਉਹਨਾਂ ਦਾ ਮਤਲਬ ਹੈ ਕਿੰਨਾ ਕਮਾ ਲੈਂਦਾ ਹੈ? ਸੈਲਰੀ ਪੈਕੇਜ ਪੁੱਛ ਰਹੇ। ਓ ਰੂਡ। 20,000 ਇਹ ਕੁਝ ਘੱਟ ਨਹੀਂ ਹੈ? ਅਰੇ 20,000 ਘੱਟ ਨੇ? ਨਹੀਂ ਤੂੰ ਮੈਨੂੰ 15,000 ਮਹੀਨੇ ਦੇ ਉੱਤੇ ਤੂੰ ਦੇ ਦੀ। ਗੱਲ ਕਰਦਾ ਪਿਆ ਆਪ ਸਾਡੇ ਨਖੂਨ ਦੀ ਸਬਜ਼ੀਆਂ ਖਾਂਦੇ ਮੁਰਗੀਆਂ ਦੇ, ਮੈਨੂੰ ਸਮਝਾ ਰਿਹਾ ਕੀ ਘੱਟ ਹੁੰਦਾ ਕੀ ਵੱਧ ਹੁੰਦਾ? ਪਲੀਜ਼ ਤੂੰ ਸਾਰੀ ਗੱਲ ਛੱਡੋ, ਮਾਲ ਦਿਖਾਓ ਮਾਲ। ਮੇਰਾ ਮਤਲਬ ਡਾਕਟਰ ਨੂੰ ਆਪਣੀ ਬੁਲਾਓ, ਕੁੜੀ ਨੂੰ ਦੇਖੀਏ ਆਪਾਂ। ਤੁਹਾਡੀ ਕੁੜੀ ਹੈ? ਹਾਂਜੀ ਭਾਜੀ। ਕਿਉਂ ਕੀ ਹੋਇਆ? ਨਹੀਂ ਫਿਰ ਇਹ ਫੋਟੋ ਕਿਹਦੀ ਪਾਈ ਤੁਸੀਂ ਇੰਟਰਨੈਟ ਤੇ? ਓਹੋ ਇਹ ਤਾਂ ਜੀ 6 ਸਾਲ ਪੁਰਾਣੀ ਫੋਟੋ ਹੈ। ਸਾਡੇ ਤੜ ਤੋਂ ਕੋਈ ਤਾਜ਼ੀ ਫੋਟੋ ਪਾਉਣੀ ਹੁੰਦੀ ਆਪਣੀ ਕੁੜੀ ਦੀ? ਉੱਧਰ ਸਾਰਾ ਕੁੜੀ ਦਿਖਾਈ ਤੁਸੀਂ ਐਡੀ ਪਤਲੀ ਜੀ, ਇੱਧਰ ਸਾਰਾ ਪੱਠਾ ਨਿਕਲ ਕੇ ਆ ਰਿਹਾ। ਮੈਂ ਦੱਸਦਾ ਤੁਸੀਂ ਜ਼ਬਾਨ ਸੰਭਾਲ ਕੇ ਗੱਲ ਕਰੋ। ਔਰ ਤੂੰ ਸਾਡੇ ਆਪਣਾ ਕੱਟਾ ਸੰਭਾਲ ਕੇ ਗੱਲ ਕਰ, ਸਾਰਾ ਸਾਨੂੰ ਫਰਜ਼ੀ ਕੁੜੀ ਵੇਚਦਾ ਹੈ। ਫਸਟ ਕਾਪੀ ਜਾ ਮੋਟੀ ਅੰਦਰ ਜਾ ਤੂੰ ਚੱਲ, ਤੇਰੇ ਨਾਲ ਕੌਣ ਵਿਆਹ ਕਰੇਗਾ ਤਫਾ। ਬਸ ਯਾਰ ਇੰਨਾ ਕਾਹਦਾ ਘੁਰਨਾ ਹੋ ਗਿਆ? ਨਹੀਂ ਹੋਣ ਦੇਣਾ, ਨਹੀਂ ਹੋਣ ਦੇਣਾ ਪੁੱਤਰ, ਤੇਰੇ ਡੈਡੀ ਨੇ ਤੇਰਾ ਵਿਆਹ ਨਹੀਂ ਹੋਣ ਦੇਣਾ। ਨਹੀਂ ਮੈਂ ਕਦਾ ਵਿਆਹ ਨਹੀਂ ਹੋਣ ਦੇਣਾ, ਮੈਂ ਕੋਈ ਬਰਸਾਤ ਹੈਗੀ ਆ ਜਿਹੜੀ ਤਰਪਾਲ ਵਿੱਚ ਹੋਜੂਗੀ ਤੇ ਵਿਆਹ ਖਰਾਬ ਹੋ ਜਾਏਗਾ। ਅੱਛਾ ਤੇ ਕੌਣ ਕੁੜੀ ਵਾਲਿਆਂ ਦੇ ਘਰ ਜਾ ਕੇ ਕਹਿੰਦਾ ਹੈ ਕਿ ਲਿਆਓ ਮਾਲ ਦਿਖਾਓ? ਦਿਓ ਜਵਾਬ। ਓਹੋ
स्लिप ऑफ टंग भी कोई चीज होती है कि नहीं होती? कुड़ी दी मां नु देख के ताड़ी टंग पहले ही गिल्ली हो गई सी, स्लिप तो फिर होनी ही सी। हां तो फिर ओदी मां सी भी तेनी टिच। शट अप, कौन करदा इदा दी बेहुदा गल्ला? तू घबरा ना, मैं सारी गल सेट करती है। बट उन्होंने एक कंडीशन रखी है। की? उन्होंने कहा है कि कुड़ी दा जीजा मिलना चाहता है तानू। जीजा मिलना चाहता? पूछो ना जी, आजकल दा यही नवा ट्रेंड है। बीजी देखो, मैं वेखे जिथे जिथे जीजे विच आ जाए ना गल करन नू, उथे रिश्ते फिर बनदे नहीं होंदे। हां ते जिथे ताडे वर्गा पियो होए उथे बड़े रंगारंग कार्यक्रम होंदे पए ने ना। रोज पानी भी पाई है जड़ तो अपना बूटा लाया सड़े सवाल तो अपनी उम्र से पूछ लोची कि कंट्रोल करना आखरी ते सब तो जरूरी सवाल तुहाडियां डिमांड्स की ने? नहीं जी सानू की चाहिए, सानू तो कुछ नहीं चाहिए। मेरे लिए भावे कुड़ी टू पीस भेज दियो, आई मैनेज। मेरे मतलब दो जोड़े अच भेज दियो उधर देख। बाकी देखो जी तुहाडी अपनी कुड़ी है, जो तुसी दोगे उहदे लई दोगे। वड्डी गड्डी हो गई, कार हो गया, बैड हो गया, ऑल फॉर हर। सानू तां कुछ चाहिदा ही नहीं। यार तुसी पागल हो, अपनी कुड़ी है, तुहाडी अपनी श्रद्धा है, अपने गिफ्ट्स होंदे है जिन्हें तुसी देने दे दो। ए लॉजिकल है। मेरे पूरे करियर च एदा दा प्यो मैनूं पहली बार टकरे है। तुसी पावे अपना 1100 दा टोकन अमाउंट वापस लै जाओ, मैं ताड़ा रिश्ता नहीं करा सकती। जे बोती रिक्वेस्ट कर दियो तो एक बार मैं ताड़ी आखरी मीटिंग करा दें दिया। पर ओ तुसी आपे संभाल लियो, याद रखियो लास्ट मीटिंग इट इज। ओ तो बाद मैं कुछ नहीं कर सकती, ना मैं ताड़े पैसे वापस मोड़ने से। ए हैगी जी नरूला फैमिली, ए मुंडा है ते मुंडे दे फादर साहब हैगी ने, आप एक डाइट कोक कर दो। डाइट कोक फिटनेस है। आंसर आपका? बेटा मेरे लिए भी एक कोक ला दो। एंड मैम आपका? और वर्जिन मुझे सर अब आप भी बता दो। एक काम करो, मेरा तुसी कर लो कैंपा कोला, ते कोई डाइट डूट नहीं, ते मेरे बेटे लिए तुसी ऑर्डर लिखो, ये खाएगा। ओ सर आप, सर इनका क्या ऑर्डर लेना सर, इनका ऑर्डर तो पूरे स्टाफ को पता है सर। सर पहले लेते 6 बियर किंगफिशर की स्ट्रॉन्ग, फिर उसके बाद लेंगे 3 पैक मोटे मोटे ब्लैक डॉग के। सर उसके बाद आप क्या नाचते हो, उस दिन तो सर ऐसे ऐसे करके पोल डांस करा सर ने, ओके रिपोर्ट। सर उस दिन पर आपने एक गलती कर दी सर, सर आप हमारी पोल डांसर साथ में ले गए सर, दैट इज नॉट फेयर सर, मेरे घर वाले उसके लिए रिश्ता ढूंढ रहे थे सर।
नहीं हो सकता, इन्हें रामजादे नहीं हो सकता, नहीं हो सकता।